ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 8th ਕਲਾਸ ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 3 ਕੋਲ ਐਂਡ ਪੈਟਰੋਲੀਅਮ ਤੇ ਇਸ ਚੈਪਟਰ ਨੂੰ ਕਵਰ ਕਰਨ ਲਈ ਸ਼ੁਰੂ ਕੀਤੀ ਗਈ ਸੀਰੀਜ਼ ਥਿੰਕ ਐਂਡ ਆਨਸਰ ਦੀ ਲੜੀ ਵਿੱਚ ਅਗਲੇ 10 ਕੁਐਸਚਨਸ 21 to 30 ਅਸੀਂ ਇਸ ਵੀਡੀਓ 'ਚ ਕਰਾਂਗੇ। ਜਿਹੜੇ ਕੁਐਸਚਨ ਬੱਚਿਓ ਮੈਂ ਆਪ ਹੀ ਬਣਾਏ ਨੇ ਤਾਂ ਕਿ ਤੁਹਾਡਾ ਸਾਰਾ ਚੈਪਟਰ ਜਿਹੜਾ ਹੈ ਉਹ ਕਵਰ ਹੋ ਜਾਏ। ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ, ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਕਾਪੀ ਡਾਊਨ ਕਰ ਲਓ ਤੇ ਬਾਅਦ ਵਿੱਚੋਂ ਇਹਨਾਂ ਨੂੰ ਆਪਣੇ ਆਪ ਬਿਨਾਂ ਦੇਖੇ ਲਿਖਣ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਸੋ ਕੁਐਸਚਨ ਨੰਬਰ 21 ਹੈ ਬੱਚੇ, ਵਟ ਡੂ ਯੂ ਅੰਡਰਸਟੈਂਡ ਬਾਈ ਰਿਫਾਈਨਿੰਗ। ਸੋ ਬੱਚੋ, ਇਹ ਬੜੀ ਇੰਪੋਰਟੈਂਟ ਤੇ ਜਨਰਲ ਨੌਲੇਜ ਵਾਲੀਆਂ ਗੱਲਾਂ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨੇ ਐਟਮਸ ਦਾ ਮਤਲਬ ਕੀ ਹੈਗਾ। ਸੋ ਦੀ ਪ੍ਰੋਸੈਸ ਆਫ ਆਬਟੇਨਿੰਗ ਵੇਰੀਅਸ ਪਿਓਰ ਸਬਸਟਾਂਸਿਸ ਫਰੋਮ ਆ ਕਰੂਡ ਸਬਸਟਾਂਸ। ਕਰੂਡ ਹੁੰਦਾ ਜਿਹੜਾ ਮਤਲਬ ਕਿ ਕੁਦਰਤੀ ਫਾਰਮ ਵਿੱਚ ਹੈਗਾ, ਜਿਹੜਾ ਕਿ ਮਤਲਬ ਕਿ ਕੁਦਰਤ ਦੇ ਧਰਤੀ ਦੇ ਗਰਭ ਚੋਂ ਕੱਢਿਆ ਗਿਆ, ਪਰ ਉਹਦੇ ਵਿੱਚ ਬਹੁਤ ਸਾਰੀਆਂ ਵਿੱਚ ਇੰਪਿਓਰਿਟੀਜ਼ ਹੈਗੀਆਂ ਨੇ, ਉਹ ਸ਼ੁੱਧ ਨਹੀਂ ਹੈਗਾ। ਸੋ ਰਿਫਾਈਨਿੰਗ ਦਾ ਮਤਲਬ ਹੁੰਦਾ ਵੀ ਜਿਹੜਾ ਤੁਹਾਨੂੰ ਸਬਸਟਾਂਸ ਚਾਹੀਦਾ ਹੈ ਉਹਨੂੰ ਸ਼ੁੱਧ ਰੂਪ ਦੇ ਵਿੱਚ ਬਾਹਰ ਕੱਢਣਾ। ਸੋ ਦੀ ਪ੍ਰੋਸੈਸ ਆਫ ਆਬਟੇਨਿੰਗ ਵੇਰੀਅਸ ਪਿਓਰ ਸਬਸਟਾਂਸਿਸ ਫਰੋਮ ਅ ਕਰੂਡ ਸਬਸਟਾਂਸ ਇਜ਼ ਨੋਨ ਐਜ਼ ਰਿਫਾਈਨਿੰਗ। ਸੋ ਇਹਦੀ ਡੈਫੀਨੇਸ਼ਨ ਨੂੰ ਚੰਗੀ ਤਰ੍ਹਾਂ ਤੁਸੀਂ ਯਾਦ ਕਰ ਲੈਣਾ ਹੈ। ਫਿਰ ਅਗਲਾ ਆ ਗਿਆ, ਵਟ ਇਜ਼ ਡਿਸਟੀਲੇਸ਼ਨ? ਦੀ ਪ੍ਰੋਸੈਸ ਆਫ ਪਿਓਰੀਫਾਈਂਗ ਅ ਲਿਕੁਇਡ ਬਾਈ ਬੋਇਲਿੰਗ ਇਟ ਐਂਡ ਕੰਡੈਂਸਿੰਗ ਇਟਸ ਵੇਪਰਸ ਇਜ਼ ਨੋਨ ਐਜ਼ ਡਿਸਟੀਲੇਸ਼ਨ। ਇਸ ਡੈਫੀਨੇਸ਼ਨ ਨੂੰ ਵੀ ਚੰਗੀ ਤਰ੍ਹਾਂ ਕੰਠ ਕਰ ਲਓ, ਬੜੀ ਮਹੱਤਵਪੂਰਨ ਹੈ, ਅਗਲੀ ਕਲਾਸਾਂ ਵਿੱਚ ਵੀ ਤੁਹਾਡੇ ਕੰਮ ਆਏਗੀ। ਸੋ ਜਿਵੇਂ ਬੱਚੇ ਪਾਣੀ ਹੈਗਾ, ਪਾਣੀ ਮੰਨ ਲਓ ਗੰਦਾ ਹੈ, ਉਹ 'ਚ ਬੜੇ ਸਾਰੇ ਤੱਤ ਹੈਗੇ ਨੇ ਤੇ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਘੁਲੀਆਂ ਹੋਈਆਂ ਨੇ ਜਿਹੜੀਆਂ ਅਸ਼ੁੱਧ ਹੈਗੀਆਂ, ਠੀਕ ਹੈ ਨਾ। ਸੋ ਉਹਨਾਂ ਅਸੀਂ ਪਾਣੀ ਨੂੰ ਬੋਲ ਲੈਂਦੇ ਹਾਂ ਮਲੀ, ਜਿਹੜਾ ਲੂਣ ਵਾਲਾ ਪਾਣੀ, ਜਿੱਦਾਂ ਅਸੀਂ ਸ਼ਿਪ ਦੇ ਉੱਤੇ ਕੀ ਕਰਦੇ ਹਾਂ, ਲੂਣ ਵਾਲੇ ਪਾਣੀ ਤੋਂ ਮਿੱਠਾ ਪਾਣੀ ਬਣਾਉਂਦੇ ਹਾਂ, ਪੀਣ ਵਾਲਾ ਪਾਣੀ। ਉਹ ਪਾਣੀ ਨੂੰ ਬੋਇਲ ਕੀਤਾ ਜਾਂਦਾ ਹੈ, ਉਹ ਭਾਫ ਬਣ ਜਾਂਦੀ, ਲੂਣ ਥੱਲੇ ਰਹਿ ਜਾਂਦਾ, ਉਹਦੀ ਭਾਫ ਨੂੰ ਫਿਰ ਕੰਡੈਂਸ ਕੀਤਾ ਜਾਂਦਾ ਹੈ, ਭਾਫ ਤੋਂ ਫਿਰ ਪਾਣੀ ਬਣਾ ਲਿਆ ਜਾਂਦਾ ਹੈ, ਤੇ ਭਾਫ ਤੋਂ ਜਿਹੜੀ ਪਾਣੀ ਬਣਦੀ ਹੈ ਵੇਪਰ ਤੋਂ ਪਾਣੀ ਬਣਦਾ ਹੈ, ਉਹ ਬਿਲਕੁਲ ਸ਼ੁੱਧ ਪਾਣੀ ਹੁੰਦਾ ਹੈ। ਸੋ ਕਿਸੇ ਵੀ ਲਿਕੁਇਡ ਨੂੰ ਇਦਾਂ ਕੀਤਾ ਜਾ ਸਕਦਾ ਹੈ। ਦੀ ਪ੍ਰੋਸੈਸ ਆਫ ਪਿਓਰੀਫਾਈਂਗ ਅ ਲਿਕੁਇਡ ਬਾਈ ਬੋਇਲਿੰਗ ਇਟ, ਉਹਨੂੰ ਬੋਇਲ ਕਰੋ, ਐਂਡ ਕੰਡੈਂਸਿੰਗ ਇਟਸ ਵੇਪਰਸ, ਤੇ ਬੋਇਲ ਕਰਨ ਦੇ ਨਾਲ ਉਹਦੇ ਵੇਪਰ ਬਣ ਜਾਣਗੇ। ਤੇ ਕੰਡੈਂਸ ਦਾ ਮਤਲਬ ਹੁੰਦਾ ਹੈ ਬੱਚਿਓ ਗੈਸ ਤੋਂ ਮੁੜ ਕੇ ਤਰਲ ਬਣਾਉਣਾ, ਠੀਕ ਹੈ, ਉਹਨੂੰ ਕਿਹਾ ਜਾਂਦਾ ਹੈ ਕੰਡੈਂਸੇਸ਼ਨ। ਸੋ ਕੰਡੈਂਸਿੰਗ ਇਟਸ ਵੇਪਰਸ ਇਜ਼ ਨੋਨ ਐਜ਼ ਡਿਸਟੀਲੇਸ਼ਨ। ਬੜੀ ਇੱਕ ਲਾਈਨ ਦੇ ਵਿੱਚ ਸਟੀਕ ਡੈਫੀਨੇਸ਼ਨ ਹੈਗੀ ਹੈ, ਇਹਨਾਂ ਨੂੰ ਚੰਗੀ ਤਰ੍ਹਾਂ ਆਪਣੀ ਨੋਟਬੁੱਕ 'ਚ ਲਿਖ ਲਓ ਤੇ ਚੰਗੀ ਤਰ੍ਹਾਂ ਇਹਨਾਂ ਦਾ ਇਹਨਾਂ ਨੂੰ ਕੰਠ ਕਰਕੇ ਬਿਨਾਂ ਦੇਖੇ ਲਿਖਣ ਦਾ ਅਭਿਆਸ ਕਰਕੇ ਪੱਕਾ ਕਰ ਲਓ। ਹੁਣ ਅਗਲਾ ਆ ਗਿਆ ਬੱਚੇ, ਵਟ ਇਜ਼ ਫਰੈਕਸ਼ਨਲ ਡਿਸਟੀਲੇਸ਼ਨ? ਜੇ ਡਿਸਟੀਲੇਸ਼ਨ ਨਹੀਂ ਪਤਾ ਹੋਏਗਾ ਤੇ ਸਾਨੂੰ ਫਰੈਕਸ਼ਨਲ ਡਿਸਟੀਲੇਸ਼ਨ ਨਹੀਂ ਪਤਾ ਹੋਏਗਾ, ਠੀਕ ਹੈ ਨਾ। ਫਰੈਕਸ਼ਨ ਸਾਨੂੰ ਪਤਾ ਬੱਚੇ ਕੀ ਹੁੰਦਾ, ਫਰੈਕਸ਼ਨ ਅਸੀਂ ਕਿਹਨੂੰ ਕਹਿੰਦੇ ਹਾਂ, ਭਾਗ, ਹਿੱਸਾ, ਠੀਕ ਹੈ ਨਾ। ਸੋ ਕਈ ਵਾਰ ਕਈ ਇੱਕ ਲਿਕੁਇਡ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦੇ ਅਲੱਗ ਅਲੱਗ ਬੋਇਲਿੰਗ ਪੁਆਇੰਟ ਹੁੰਦੇ ਨੇ। ਪਹਿਲੇ ਇੱਕ ਚੀਜ਼ ਕੱਢੀ, ਫਿਰ ਹੋਰ ਬੋਇਲ ਕੀਤਾ, ਦੂਜੀ ਚੀਜ਼ ਕੱਢੀ, ਫਿਰ ਬੋਇਲ ਕੀਤਾ, ਤੀਜੀ ਚੀਜ਼ ਕੱਢੀ, ਕਿਉਂਕਿ ਉਹਨਾਂ ਦੇ ਬੋਇਲਿੰਗ ਪੁਆਇੰਟ ਅਲੱਗ ਅਲੱਗ ਹੈਗੇ ਨੇ। ਸੋ ਦੀ ਪ੍ਰੋਸੈਸ ਬਾਈ ਵਿੱਚ ਪਿਓਰ ਫਰੈਕਸ਼ਨਸ, ਪਿਓਰ ਫਰੈਕਸ਼ਨਸ ਮੀਨਸ ਪਿਓਰ ਕੰਸਟੀਚੂਐਂਟਸ, ਇੱਕ ਚੀਜ਼ ਵਿੱਚ ਕਈ ਚੀਜ਼ਾਂ ਘੁਲੀਆਂ ਹੋ ਸਕਦੀਆਂ ਨੇ। ਪੈਟਰੋਲੀਅਮ ਦੇ ਵਿੱਚ ਬੜਾ ਕੁਝ ਨਿਕਲਿਆ ਜਾਂਦਾ ਹੈ, ਪਰ ਜਿਹੜੀ ਚੀਜ਼ਾਂ ਕੱਢੀਆਂ ਜਾਂਦੀਆਂ ਪੈਟਰੋਲੀਅਮ ਵਿੱਚੋਂ, ਉਹਨਾਂ ਦੇ ਸਾਰਿਆਂ ਦੇ ਬੋਇਲਿੰਗ ਪੁਆਇੰਟ ਅਲੱਗ ਅਲੱਗ ਨੇ। ਸੋ ਜਿਵੇਂ ਜਿਵੇਂ ਬੋਇਲਿੰਗ ਪੁਆਇੰਟ ਉਸ ਤੇ ਪਹੁੰਚਦਾ ਹੈ, ਉਹ ਪਹਿਲਾ ਬੋਇਲ ਹੁੰਦਾ ਹੈ, ਉਹਨੂੰ ਕੰਡੈਂਸ ਕਰ ਲਿਆ ਜਾਂਦਾ ਹੈ, ਫਿਰ ਦੂਜੀ ਹੋਰ ਗਰਮ ਕੀਤਾ ਜਾਂਦਾ ਹੈ, ਦੂਜੀ ਚੀਜ਼ ਬੋਇਲ ਕਰਦੀ ਹੈ, ਉਹਦੇ ਵੇਪਰ ਬਣਦੇ ਨੇ, ਫਿਰ ਉਹਨੂੰ ਕੰਡੈਂਸ ਕੀਤਾ ਜਾਂਦਾ ਹੈ, ਇਸ ਤਰ੍ਹਾਂ ਕਰਕੇ। ਸੋ ਪਿਓਰ ਫਰੈਕਸ਼ਨਸ ਇੱਥੇ ਉਹਦੇ ਵਿੱਚ ਹੈਗਾ, ਪਲੂਰਲ ਦੇ ਵਿੱਚ, ਭਾਵ ਇੱਕ ਲਿਕੁਇਡ ਵਿੱਚ ਕਈ ਸਾਰੀਆਂ ਚੀਜ਼ਾਂ ਹੋਣ। ਸੋ ਦੀ ਪ੍ਰੋਸੈਸ ਬਾਈ ਵਿੱਚ ਪਿਓਰ ਫਰੈਕਸ਼ਨਸ ਆਰ ਸੈਪਰੇਟਿਡ ਡਿਊ ਟੂ ਦੀ ਡਿਫਰੈਂਸ ਇਨ ਦੇਅਰ ਬੋਇਲਿੰਗ ਪੁਆਇੰਟਸ ਇਜ਼ ਨੋਨ ਐਜ਼ ਫਰੈਕਸ਼ਨਲ ਡਿਸਟੀਲੇਸ਼ਨ, ਠੀਕ ਹੈ। ਇਨ ਅਦਰ ਵਰਡਸ, ਇਟ ਇਜ਼ ਅ ਪਰਟੀਕੁਲਰ ਟਾਈਪ ਆਫ ਰਿਫਾਈਨਿੰਗ।
ਭਾਵ ਸ਼ੁੱਧ ਕਰਨ ਦਾ ਰਿਫਾਈਨਿੰਗ ਤੋਂ ਰਿਫਾਈਨਿੰਗ ਕਰਨ ਦਾ ਇੱਕ ਖਾਸ ਕਿਸਮ ਦਾ ਤਰੀਕਾ ਹੈ। ਜਦੋਂ ਇੱਕ ਲਿਕੁਇਡ ਵਿੱਚ ਕਈ ਸਾਰੇ ਚੀਜ਼ਾਂ ਹੋਣ ਤੇ ਉਹਨਾਂ ਦੇ ਅਲੱਗ ਅਲੱਗ ਬੋਇਲਿੰਗ ਪੁਆਇੰਟ ਹੋਣ ਤੇ ਫਿਰ ਜਿਵੇਂ ਜਿਵੇਂ ਬੋਇਲਿੰਗ ਪੁਆਇੰਟ ਪਹੁੰਚਦਾ ਜਾਂਦਾ ਗਰਮੀ ਗਰਮ ਕੀਤਾ ਜਾਂਦਾ ਉਹਨੂੰ ਤੇ ਬੋਇਲਿੰਗ ਹੋਈ ਜਾਂਦੀ ਹੈ ਤੇ ਉਹ ਵੇਪਰ ਬਣੀ ਜਾਂਦੇ ਨੇ ਤੇ ਫਿਰ ਵੇਪਰਸ ਨੂੰ ਅਲੱਗ ਕੁਲੈਕਟ ਕੀਤਾ ਜਾਂਦਾ ਤੇ ਕੰਡੈਂਸ ਕੀਤਾ ਜਾਂਦਾ। ਠੀਕ ਹੈ, ਅਗਲਾ ਕੁਸ਼ਚਨ ਹੈ ਵਟ ਆਰ ਪੈਟਰੋਕੈਮੀਕਲਸ। ਸੋ ਪੈਟਰੋਕੈਮੀਕਲਸ ਇਜ਼ ਅ ਕੁਲੈਕਟਿਵ ਟਰਮ, ਇੱਕ ਸਾਂਝਾ ਸ਼ਬਦ ਹੈ ਫੋਰ ਮੈਨੀ ਯੂਜ਼ਫੁਲ ਸਬਸਟਾਂਸਿਸ ਓਬਟੇਨਡ ਫਰੋਮ ਪੈਟਰੋਲੀਅਮ ਐਂਡ ਨੈਚੁਰਲ ਗੈਸ। ਪੈਟਰੋਲੀਅਮ ਵਿੱਚ ਹੀ ਬਹੁਤ ਸਾਰੇ ਤੱਤ ਹੁੰਦੇ ਨੇ ਤੇ ਉਹਨਾਂ ਤੋਂ ਕਈ ਚੀਜ਼ਾਂ ਨਿਕਲਦੀਆਂ ਨੇ। ਸੋ ਸਾਰਿਆਂ ਨੂੰ ਸਾਂਝੇ ਤੌਰ ਤੇ ਕੁਲੈਕਟਿਵ ਟਰਮ ਜਿਹੜਾ ਹੈ ਉਹਦੇ ਲਈ ਸਾਂਝੇ ਤੌਰ ਤੇ ਕਿਹਾ ਜਾਂਦਾ ਪੈਟਰੋਕੈਮੀਕਲਸ ਸਬਸਟਾਂਸਿਸ। ਮੈਨੀ ਯੂਜ਼ਫੁਲ ਸਬਸਟਾਂਸਿਸ ਓਬਟੇਨਡ ਫਰੋਮ ਪੈਟਰੋਲੀਅਮ ਐਂਡ ਨੈਚੁਰਲ ਗੈਸ ਦੇ ਆਰ ਯੂਜ਼ਡ ਇਨ ਮੈਨੂਫੈਕਚਰਿੰਗ। ਫਿਰ ਜਿਹੜੀ ਚੀਜ਼ਾਂ ਨਿਕਲਦੀਆਂ ਪੈਟਰੋਕੈਮੀਕਲਸ ਉਹ ਤੋਂ ਕੀ ਕੀ ਬਣਦਾ? ਡਿਟਰਜੈਂਟ ਬਣਦੇ ਨੇ, ਐ ਸਰਫ ਸਾਬਣ, ਪੋਲੀਸਟਰ ਜਿਹਦੇ ਕੱਪੜੇ ਬਣਦੇ ਨੇ, ਜਾਂ ਹੋਰ ਚੀਜ਼ਾਂ ਬਣਦੀਆਂ, ਨਾਇਲੋਨ ਰੱਸੀਆਂ ਲਈ, ਕਨਾਤਾਂ ਲਈ, ਕਈ ਚੀਜ਼ਾਂ ਲਈ ਯੂਜ਼ ਹੁੰਦਾ ਹੈ। ਐਕਰਾਈਲਿਕ, ਇਹ ਵੀ ਕਿਸਮ ਦਾ ਫਾਈਬਰ ਹੈਗਾ। ਪੋਲੀਥੀਨ, ਪਲਾਸਟਿਕ ਜਿਹੜਾ ਹੈ ਨਾ, ਐਂਡ ਮੈਨੀ ਐਂਡ ਅਦਰ ਮੈਨ ਮੇਡ ਪ੍ਰੋਡਕਟਸ। ਸੋ ਪੈਟਰੋਕੈਮੀਕਲ ਜਿਹੜੇ ਪੈਟਰੋਲੀਅਮ ਅਤੇ ਨੈਚੁਰਲ ਗੈਸ ਤੋਂ ਪ੍ਰਾਪਤ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਪੈਟਰੋਕੈਮੀਕਲਸ। ਅਤੇ ਉਹ ਪੈਟਰੋਕੈਮੀਕਲਸ ਤੋਂ ਫਿਰ ਕਿੰਨੀਆਂ ਸਾਰੀਆਂ ਵੱਖ ਵੱਖ ਚੀਜ਼ਾਂ ਜਿਹੜੀਆਂ ਨੇ ਉਹ ਬਣਾਈਆਂ ਜਾਂਦੀਆਂ ਨੇ। ਠੀਕ ਹੈ ਜੀ, ਅੱਗੇ ਚੱਲੀਏ। ਹੁਣ ਆ ਗਿਆ ਕੁਸ਼ਚਨ ਨੰਬਰ 25, ਵਿਚ ਮੈਥਡ ਇਜ਼ ਯੂਜ਼ਡ ਫੋਰ ਰਿਫਾਈਨਿੰਗ ਪੈਟਰੋਲੀਅਮ। ਅਤੇ ਪੈਟਰੋਲੀਅਮ ਦਾ ਦੂਜਾ ਨਾਮ ਹੈ ਕਰੂਡ ਆਇਲ। ਜੇ ਪੈਟਰੋਲੀਅਮ ਦੀ ਥਾਂ ਕਰੂਡ ਆਇਲ ਕਹਿ ਦੇਣ ਤਾਂ ਘਬਰਾਉਣਾ ਨਹੀਂ ਹੈਗਾ, ਚਾਹੇ ਉਹ ਰਿਫਾਈਨਿੰਗ ਕਰੂਡ ਆਇਲ ਵੀ ਕਹਿ ਸਕਦੇ ਨੇ, ਰਿਫਾਈਨਿੰਗ ਪੈਟਰੋਲੀਅਮ ਵੀ ਕਹਿ ਸਕਦੇ ਨੇ। ਸੋ ਬੱਚਿਓ ਯਾਦ ਰੱਖਣਾ, ਜਿਹੜੇ ਕਹਿਣ ਵਿੱਚ ਮੈਥਡ ਇਜ਼ ਯੂਜ਼ ਫੋਰ ਰਿਫਾਈਨਿੰਗ ਪੈਟਰੋਲੀਅਮ, ਫਰੈਕਸ਼ਨਲ ਡਿਸਟੀਲੇਸ਼ਨ ਇਜ਼ ਯੂਜ਼ਡ ਫੋਰ ਰਿਫਾਈਨਿੰਗ ਪੈਟਰੋਲੀਅਮ। ਇਟ ਇਜ਼ ਹੀਟਿਡ ਇਨ ਅ ਫਰਨੈਸ ਟੂ 400°C। ਅਤੇ ਬੱਚੋ 400°C ਕਦੋਂ ਤਾਂ ਨਹੀਂ ਪਹੁੰਚ ਜਾਏਗਾ, ਠੀਕ ਹੈ ਨਾ, ਹੌਲੀ ਹੌਲੀ ਅੱਗੇ ਅੱਗੇ ਪਹੁੰਚਿਆ ਜਾਏਗਾ ਅਤੇ ਜਿੱਦਾਂ ਜਿੱਦਾਂ ਜ਼ਿਆਦਾ ਬੋਇਲਿੰਗ ਪੁਆਇੰਟ ਆਉਂਦਾ ਜਾਏਗਾ ਉਹ ਵੇਪਰ ਬਣਦੇ ਜਾਣਗੇ ਅਤੇ ਕੰਡੈਂਸ ਹੁੰਦੇ ਜਾਣਗੇ। ਸੋ ਇਟ ਇਜ਼ ਹੀਟਿਡ ਇਨ ਅ ਫਰਨੈਸ ਟੂ 400°C ਐਂਡ ਵੇਪਰਸ ਆਫ ਦੀ ਵੇਰੀਅਸ ਫਰੈਕਸ਼ਨਸ ਜਾਂ ਵੇਰੀਅਸ ਕੋਨਸਟੀਚੂਐਂਟਸ ਆਫ ਦੀ ਕਰੂਡ ਆਇਲ ਆਰ ਕੰਡੈਂਸਡ ਇਨਸਾਈਡ ਦੀ ਫਰੈਕਸ਼ਨੇਟਿੰਗ ਕੋਲਮ। ਉਹਨੂੰ ਕਿਹਾ ਜਾਂਦਾ ਫਰੈਕਸ਼ਨੇਟਿੰਗ ਕੋਲਮ। ਇਹ ਸਪੈਲਿੰਗ ਚੰਗੀ ਤਰ੍ਹਾਂ ਦੇਖ ਲੈਣੇ ਨੇ, ਫਰੈਕਸ਼ਨੇਟਿੰਗ ਕੋਲਮ ਅਕੋਰਡਿੰਗ ਟੂ ਦੇ ਡਿਫਰੈਂਟ ਬੋਇਲਿੰਗ ਪੁਆਇੰਟਸ। ਫਿਰ ਕੁਸ਼ਚਨ ਨੰਬਰ 26, ਨੇਮ ਦੀ ਗੈਸ ਓਬਟੇਨਡ ਫਰੋਮ ਨੈਚੁਰਲ ਗੈਸ ਐਂਡ ਰਾਈਟ ਇਟਸ ਯੂਜ਼। ਨੈਚੁਰਲ ਗੈਸ ਤੋਂ ਕਿਹੜੀ ਗੈਸ ਪ੍ਰਾਪਤ ਹੁੰਦੀ ਹੈ? ਹਾਈਡਰੋਜਨ ਗੈਸ ਇਜ਼ ਓਬਟੇਨਡ ਫਰੋਮ ਨੈਚੁਰਲ ਗੈਸ। ਪਤਾ ਹੋਣਾ ਚਾਹੀਦਾ, ਯਾਦ ਰੱਖਣਾ, ਨੈਚੁਰਲ ਗੈਸ ਦਾ ਫਾਰਮੂਲਾ ਹੁੰਦਾ CH4, ਮੀਥੇਨ ਕਿਹਾ ਜਾਂਦਾ ਇਹਨੂੰ। ਇਹ 'ਚ ਮੀਥੇਨ ਜ਼ਿਆਦਾ ਹੁੰਦੀ ਹੈ, ਸਭ ਤੋਂ ਹੋਰ ਵੀ ਗੈਸਾਂ ਹੁੰਦੀਆਂ ਪਰ ਵੱਡੀ ਮਾਤਰਾ 'ਚ ਮੀਥੇਨ ਗੈਸ ਹੁੰਦੀ ਹੈ, ਉਹਨੂੰ ਨੈਚੁਰਲ ਗੈਸ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਉਹ 'ਚੋਂ ਹਾਈਡਰੋਜਨ ਗੈਸ ਜਿਹੜੀ ਹੈ ਉਹ ਪ੍ਰਾਪਤ ਕੀਤੀ ਜਾਂਦੀ ਹੈ। ਅਤੇ ਹਾਈਡਰੋਜਨ ਗੈਸ ਯੂਜ਼ ਕਿੱਥੇ ਹੁੰਦੀ ਹੈ? ਇਟ ਇਜ਼ ਯੂਜ਼ ਇਨ ਦੀ ਪ੍ਰੋਡਕਸ਼ਨ ਆਫ ਫਰਟੀਲਾਈਜ਼ਰ ਯੂਰੀਆ। ਯੂਰੀਆ ਨਾਮ ਦਾ ਫਰਟੀਲਾਈਜ਼ਰ ਜਿਹੜਾ ਹੈ ਉਹ ਹਾਈਡਰੋਜਨ ਗੈਸ ਤੋਂ ਬਣਾਇਆ ਜਾਂਦਾ ਹੈ। ਠੀਕ ਹੈ, ਓਕੇ। ਵਟ ਇਜ਼ ਨੈਚੁਰਲ ਗੈਸ? ਨੈਚੁਰਲ ਗੈਸ ਕੀ ਹੁੰਦੀ ਹੈ? ਸੋ ਨੈਚੁਰਲ ਗੈਸ ਇਜ਼ ਅ ਫੋਸਿਲ ਫਿਊਲ। ਇਹ ਵੀ ਫੋਸਿਲ ਫਿਊਲ ਹੈ। ਪੈਟਰੋਲੀਅਮ ਇਜ਼ ਅ ਫੋਸਿਲ ਫਿਊਲ, ਕੋਲ ਇਜ਼ ਅ ਫੋਸਿਲ ਫਿਊਲ, ਨੈਚੁਰਲ ਗੈਸ ਇਜ਼ ਅ ਫੋਸਿਲ ਫਿਊਲ। ਠੀਕ ਹੈ, ਸੋ ਨੈਚੁਰਲ ਗੈਸ ਇਜ਼ ਅ ਫੋਸਿਲ ਫਿਊਲ ਓਬਟੇਨਡ ਫਰੋਮ ਆਇਲ ਵੈਲਸ। ਇਟ ਅਕਰਸ ਇਨ ਅ ਲੇਅਰ ਰਿਜ਼ਰਵ ਜਸਟ ਅਬਵ ਦੀ ਲੇਅਰ ਆਫ ਪੈਟਰੋਲੀਅਮ। ਜਿੱਥੇ ਬੱਚੋ ਪੈਟਰੋਲੀਅਮ ਦੀ ਪਰਤਾਂ ਨੇ ਉਹਦੇ ਉੱਤੇ ਨੈਚੁਰਲ ਗੈਸ ਦੀਆਂ ਪਰਤਾਂ ਹੁੰਦੀਆਂ ਨੇ। ਸੋ ਪਹਿਲੇ ਜਦੋਂ ਡਰਿਲਿੰਗ ਕੀਤੀ ਜਾਂਦੀ ਹੈ ਸਭ ਤੋਂ ਪਹਿਲੇ ਨੈਚੁਰਲ ਗੈਸ ਨਿਕਲਦੀ ਹੈ, ਨੈਚੁਰਲ ਗੈਸ ਤੋਂ ਬਾਅਦ ਪੈਟਰੋਲੀਅਮ ਨਿਕਲਦਾ। ਠੀਕ ਹੈ, ਸੋ ਇਟ ਅਕਰਸ ਇਨ ਅ ਲੇਅਰ ਰਿਜ਼ਰਵ ਜਸਟ ਅਬਵ ਦੀ ਲੇਅਰ ਆਫ ਪੈਟਰੋਲੀਅਮ
ਬਿਟਵੀਨ ਟੂ ਲੇਅਰਸ ਆਫ ਇੰਪਰਵੀਅਸ ਰੌਕਸ, ਇੰਪਰਵੀਅਸ ਜਿਹਨਾਂ ਵਿੱਚੋਂ ਚੀਰ ਕੇ ਕੁਛ ਚੀਜ਼ ਨਾ ਜਾ ਸਕੇ, ਪਾਣੀ ਨਾ ਜਾ ਸਕੇ, ਤਰਲ ਪਦਾਰਥ ਨਾ ਜਾ ਸਕੇ, ਗੈਸ ਨਾ ਜਾ ਸਕੇ, ਇੰਪਰਵੀਅਸ। ਠੀਕ ਹੈ, ਸੋ ਵਟ ਇਜ਼ ਸੀ ਐਨ ਜੀ? ਸੋ ਸੀ ਐਨ ਜੀ ਮੀਨਸ ਕੰਪਰੈਸਡ ਨੈਚੁਰਲ ਗੈਸ, ਸੀ ਫੋਰ ਕੰਪਰੈਸਡ, ਐਨ ਫੋਰ ਨੈਚੁਰਲ, ਜੀ ਫੋਰ ਗੈਸ। ਸੋਰੀ, ਨੈਚੁਰਲ ਗੈਸ ਹੈ ਬੱਚਿਓ, ਇਹਨੂੰ ਜਦੋਂ ਕੰਪਰੈਸ ਕਰ ਦਿੱਤਾ ਜਾਂਦਾ ਹੈ ਪ੍ਰੈਸ਼ਰ ਦੇ ਨਾਲ, ਤੇ ਫਿਰ ਲਿਕਵੀਫਾਈ ਹੋ ਜਾਂਦੀ ਹੈ, ਤੇ ਇਹਨੂੰ ਕਿਹਾ ਜਾਂਦਾ ਹੈ, ਜਾਂ ਅੰਡਰ ਪ੍ਰੈਸ਼ਰ ਆ ਜਾਂਦੀ ਹੈ, ਤੇ ਥੋੜੇ ਥਾਂ ਤੇ ਵੱਡੀ ਗੈਸ, ਵੱਡੀ ਮਾਤਰਾ ਗੈਸ ਸਟੋਰ ਕੀਤੀ ਜਾ ਸਕਦੀ ਹੈ। ਸੋ ਇਹਨੂੰ ਕਿਹਾ ਜਾਂਦਾ ਕੰਪਰੈਸ ਨੈਚੁਰਲ ਗੈਸ। ਇਟ ਇਜ਼ ਨੈਚੁਰਲ ਗੈਸ ਸਟੋਰਡ ਅੰਡਰ ਹਾਈ ਪ੍ਰੈਸ਼ਰ। ਇਟ ਇਜ਼ ਅ ਕਲੀਨਰ ਫਿਊਲ, ਇਹ ਬੜਾ ਸਾਫ਼ ਸੁਥਰਾ ਫਿਊਲ ਹੈਗਾ, ਬੀਇੰਗ ਲੈਸ ਪੋਲਿਊਟਿੰਗ, ਇੰਨਾ ਪੋਲਿਊਸ਼ਨ ਵੀ ਨਹੀਂ ਹੁੰਦਾ। ਇਟ ਇਜ਼ ਯੂਜ਼ਡ ਐਜ਼ ਅ ਫਿਊਲ ਫੋਰ ਟਰਾਂਸਪੋਰਟ ਵਹੀਕਲਸ, ਕਾਰਾਂ ਲਈ, ਬੱਸਾਂ ਲਈ ਤੇ ਆਟੋ ਲਈ, ਬੜੇ ਸਾਰੇ ਟਰਾਂਸਪੋਰਟ ਵਹੀਕਲਸ ਲਈ ਇਹ ਸੀ ਐਨ ਜੀ ਯੂਜ਼ ਕੀਤੀ ਜਾਂਦੀ ਹੈ। ਕਿਉਂ? ਕਿਉਂਕਿ ਇਟ ਇਜ਼ ਲੈਸ ਪੋਲਿਊਟਿੰਗ, ਇਟਸ ਅ ਕਲੀਨਰ ਫਿਊਲ। ਇਹਦੇ ਨਾਲ ਹਵਾ ਦੇ ਵਿੱਚ ਕਾਰਬਨ ਜਿਹੜੀਆਂ ਗੈਸਾਂ ਹੈਗੀਆਂ, ਕਾਰਬਨ ਡਾਈਆਕਸਾਈਡ ਗੈਸ ਵਗੈਰਾ, ਉਹ ਨਹੀਂ ਛੱਡੀਆਂ ਜਾਂਦੀਆਂ, ਇਹਨਾਂ ਦਾ ਪੋਲਿਊਸ਼ਨ ਬਹੁਤ ਘੱਟ ਹੁੰਦਾ। ਠੀਕ ਹੈ, ਇਹ ਕਾਰਨ ਹੈ। ਫਿਰ ਕੁਸ਼ਚਨ ਨੰਬਰ 29, ਵਟ ਆਰ ਦੀ ਐਡਵਾਂਟੇਜਿਸ ਆਫ ਨੈਚੁਰਲ ਗੈਸ, ਇਹਦਾ ਫਾਇਦਾ ਕੀ ਹੈ, ਵੀ ਇਹਦੇ ਕੀ ਫਾਇਦੇ ਹੈਗੇ ਨੇ, ਐਡਵਾਂਟੇਜਿਸ ਹੈਗੇ ਨੇ। ਇਟ ਇਜ਼ ਈਜ਼ੀ ਟੂ ਟਰਾਂਸਪੋਰਟ ਨੈਚੁਰਲ ਗੈਸ ਥਰੂ ਪਾਈਪਸ, ਪਾਈਪਾਂ ਰਾਹੀਂ ਇਹਨੂੰ ਦੂਰ ਦੂਰ ਥਾਂ ਤੱਕ ਪਹੁੰਚਾਇਆ ਜਾ ਸਕਦਾ ਹੈ, ਐਂਡ ਯੂਜ਼ ਡਾਇਰੈਕਟਲੀ ਫੋਰ ਬਰਨਿੰਗ ਇਨ ਹੋਮਸ ਐਂਡ ਫੈਕਟਰੀਜ਼। ਇਹ ਫਾਇਦਾ, ਹੁਣ ਪੈਟਰੋਲੀਅਮ ਨੂੰ ਇੱਦਾਂ ਨਹੀਂ, ਉਹਨੇ ਟਰੱਕਾਂ 'ਚ ਜਾਣਾ ਪੈਂਦਾ, ਉਹ ਤਾਂ ਰਿਫਾਇਨਰੀ ਤੋਂ ਮੇਨ ਵੱਡੀ ਪਾਈਪਲਾਈਨ ਹੁੰਦੀ ਹੈ, ਫਿਰ ਕਿਤੇ ਜਾਂਦੀ ਹੈ, ਉੱਥੋਂ ਫਿਰ ਟਰੱਕਾਂ ਵਿੱਚ ਜਾਂਦਾ ਹੈ ਨਾ, ਅਤੇ ਔਖਾ ਕੰਮ ਹੈ। ਸਿੱਧਾ ਪਾਈਪਾਂ ਦੇ ਰਾਹੀਂ ਨੈਚੁਰਲ ਗੈਸ ਨੂੰ ਘਰਾਂ ਵਿੱਚ ਅਤੇ ਫੈਕਟਰੀਆਂ ਵਿੱਚ ਪਹੁੰਚਾਇਆ ਜਾ ਸਕਦਾ। ਇਟ ਇਜ਼ ਲੈਸ ਪੋਲਿਊਟਿੰਗ, ਇਹ ਦੂਜੀ ਐਡਵਾਂਟੇਜ ਹੈ। ਇਟ ਇਜ਼ ਆਲਸੋ ਯੂਜ਼ਡ ਐਜ਼ ਅ ਸਟਾਰਟਿੰਗ ਮਟੀਰੀਅਲ ਫੋਰ ਮੈਨੂਫੈਕਚਰਿੰਗ ਅ ਨੰਬਰ ਆਫ ਕੈਮੀਕਲਸ ਐਂਡ ਫਰਟੀਲਾਈਜ਼ਰਸ, ਅਤੇ ਬੱਚਿਓ ਇਹ ਬਹੁਤ ਸਾਰੇ ਕੈਮੀਕਲ ਔਰ ਫਰਟੀਲਾਈਜ਼ਰ ਬਣਾਉਣ ਦੇ ਵੀ ਸਟਾਰਟਿੰਗ ਮਟੀਰੀਅਲ ਦੇ ਤੌਰ ਤੇ ਵਰਤੀ ਜਾਂਦੀ ਹੈ। ਸੋ ਤਿੰਨ ਇਹਦੀ ਐਡਵਾਂਟੇਜਿਸ ਹੈਗੀਆਂ। ਇਟ ਇਜ਼ ਈਜ਼ੀ ਟੂ ਟਰਾਂਸਪੋਰਟ ਨੈਚੁਰਲ ਗੈਸ ਥਰੂ ਪਾਈਪਸ ਐਂਡ ਯੂਜ਼ ਡਾਇਰੈਕਟਲੀ ਫਾਰ ਬਰਨਿੰਗ ਇਨ ਹੋਮਸ ਐਂਡ ਫੈਕਟਰੀਜ਼, ਲੈਸ ਪੋਲਿਊਟਿੰਗ, ਯੂਜ਼ਡ ਐਜ਼ ਅ ਸਟਾਰਟਿੰਗ ਮਟੀਰੀਅਲ ਫੋਰ ਵੇਰੀਅਸ ਕੈਮੀਕਲਸ ਐਂਡ ਫਰਟੀਲਾਈਜ਼ਰਸ। ਆਖਰੀ ਕੁਸ਼ਚਨ ਬੜਾ ਸਿੰਪਲ ਜਿਹਾ, ਵਿਚ ਐਲੀਮੈਂਟ ਅਕਰਸ ਇਨ ਆਲ ਲਿਵਿੰਗ ਮੈਟਰ, ਕਿਹੜੇ ਜਿਹੜੇ, ਚਾਹੇ ਗਾਂ ਲੈ ਲਓ, ਮੱਝ ਲੈ ਲਓ, ਪੰਛੀ ਲੈ ਲਓ, ਮਨੁੱਖ ਲੈ ਲਓ, ਜਿੰਨੇ ਵੀ ਲਿਵਿੰਗ ਔਰਗੈਨਿਜ਼ਮਸ ਨੇ ਉਹਨਾਂ ਵਿੱਚ ਇਹ ਸਾਰਿਆਂ ਵਿੱਚ ਐਲੀਮੈਂਟ ਹੁੰਦਾ ਹੈ। ਕਿਹੜਾ ਹੈ? ਇਹ ਯਾਦ ਹੋਣਾ ਚਾਹੀਦਾ ਤੁਹਾਨੂੰ, ਐਲੀਮੈਂਟ ਕਾਰਬਨ ਅਕਰਸ ਇਨ ਆਲ ਲਿਵਿੰਗ ਮੈਟਰ। ਸੋ ਕਾਰਬਨ ਐਲੀਮੈਂਟ ਜਿਹੜਾ ਹੈ ਬੱਚਿਓ, ਉਹ ਸਾਰੇ ਲਿਵਿੰਗ ਮੈਟਰ ਜਿਹੜੇ, ਚਾਹੇ ਉਹ ਆਪਣੇ ਬਨਸਪਤੀ ਹੈਗੀ ਹੈ, ਚਾਹੇ ਉਹ ਸਮੁੰਦਰ 'ਚ ਜੀਵ ਹੈਗੇ ਨੇ, ਚਾਹੇ ਆਕਾਸ਼ ਉੱਡਦੇ ਜੀਵ ਹੈਗੇ ਨੇ, ਚਾਹੇ ਉਹ ਧਰਤੀ ਦੇ ਤੁਰਨ ਫਿਰਨ ਵਾਲੇ ਜਾਨਵਰ ਜੀਵ ਹੈਗੇ ਨੇ, ਸਾਰਿਆਂ ਵਿੱਚ ਕਾਰਬਨ ਹੁੰਦਾ ਹੈ। ਸੋ ਇਹ ਸੀ ਪਿਆਰੇ ਵਿਦਿਆਰਥੀ ਤੁਹਾਡੇ ਕੁਸ਼ਚਨ 10, 21 ਤੋਂ 30 ਤੱਕ, ਅਤੇ ਅਗਲੀ ਵੀਡੀਓ ਕੁਛ ਹੋਰ ਕੁਸ਼ਚਨ ਵੀ ਕਵਰ ਕਰਾਂਗੇ, ਅਤੇ ਇਸ ਤੋਂ ਬਾਅਦ ਅਸੀਂ ਐਕਸਰਸਾਈਜ਼ ਦੇ ਕੁਸ਼ਚਨ ਵੀ ਕਰਾਂਗੇ। ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ, ਅਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।